ਸਤਿ ਸ਼੍ਰੀ ਅਕਾਲ ਦੋਸਤੋ, ਕੀ ਹਾਲ ਚਾਲ? ਦੋਸਤੋ, ਅੱਜ ਅਸੀਂ ਗੱਲ ਕਰਾਂਗੇ ਉਸ ਸਿੰਗਰ ਦੇ ਬਾਰੇ ਜਿਹਨੂੰ ਅੱਜ ਕੱਲ੍ਹ ਪੂਰੀ ਦੁਨੀਆ ਕਹਿ ਰਹੀ ਹੈ ਉਹ ਟਲ ਜਾਵੇ ਬਦਮਾਸ਼ਾ, ਐਵੇਂ ਹੋ ਜੂ ਕੋਈ ਤਮਾਸ਼ਾ। ਜੀ ਹਾਂ, ਅੱਜ ਅਸੀਂ ਗੱਲ ਕਰਾਂਗੇ ਜੱਸਾ ਢਿੱਲੋਂ ਬਾਰੇ। ਜੱਸਾ ਢਿੱਲੋਂ ਦੇ ਲਾਈਫ ਸਟਾਈਲ, ਹੋਬੀਜ, ਪੈਸ਼ਨ ਤੇ ਜ਼ਿੰਦਗੀ ਨਾਲ ਜੁੜੀਆਂ ਕੁਝ ਖਾਸ ਐਸੀਆਂ ਗੱਲਾਂ ਜਿਹਦੇ ਬਾਰੇ ਜੱਸਾ ਢਿੱਲੋਂ ਦੇ ਫੈਨਸ ਜਾਣਨ ਲਈ ਬਹੁਤ ਜ਼ਿਆਦਾ ਐਕਸਾਈਟਿਡ ਹੋਣਗੇ। ਜੱਸਾ ਢਿੱਲੋਂ ਦਾ ਜਨਮ 7 ਨਵੰਬਰ 1999 ਨੂੰ ਅਸਾਂਧ, ਹਰਿਆਣਾ ਵਿੱਚ ਹੋਇਆ ਤੇ ਇਸ ਹਿਸਾਬ ਨਾਲ ਜੱਸਾ ਢਿੱਲੋਂ ਦੀ ਉਮਰ ਇਸ ਵੇਲੇ ਹੈ 21 ਸਾਲ, ਯਾਨੀ ਕਿ ਮੁੰਡਾ 21 ਸਾਲ ਟੱਪ ਗਿਆ। ਜੱਸਾ ਢਿੱਲੋਂ ਦੇ ਫਾਦਰ ਸਾਹਿਬ ਦਾ ਨਾਮ ਰਣਬੀਰ ਸਿੰਘ ਢਿੱਲੋਂ ਤੇ ਮਦਰ ਦਾ ਨਾਮ ਹਰਜਿੰਦਰ ਕੌਰ ਹੈ। ਜੱਸਾ ਨੇ JPS ਅਕੈਡਮੀ ਤੋਂ ਆਪਣੀ ਗ੍ਰੈਜੂਏਸ਼ਨ ਕੀਤੀ। ਜੱਸਾ ਢਿੱਲੋਂ ਦੇ ਮਿਊਜ਼ੀਕਲ ਕਰੀਅਰ ਦੀ ਗੱਲ ਕਰੀਏ ਤੇ ਬਚਪਨ ਤੋਂ ਹੀ ਜੱਸੇ ਨੂੰ ਗਾਉਣ ਦਾ ਬਹੁਤ ਹੀ ਜ਼ਿਆਦਾ ਸ਼ੌਂਕ ਸੀ ਤੇ ਕਿਹਾ ਜਾਂਦਾ ਹੈ ਕਿ 6ਵੀਂ ਤੋਂ ਹੀ ਜੱਸੇ ਨੇ ਪ੍ਰੋਫੈਸ਼ਨਲੀ ਸਟੇਜਾਂ ਦੇ ਉੱਪਰ ਗਾਉਣਾ ਸ਼ੁਰੂ ਕਰ ਦਿੱਤਾ ਸੀ। ਇੰਡਸਟਰੀ ਦੇ ਵਿੱਚ ਕਦਮ ਰੱਖਿਆ ਜੱਸਾ ਢਿੱਲੋਂ ਨੇ 2019 ਦੇ ਵਿੱਚ। ਜੀ ਹਾਂ, ਜੱਸਾ ਢਿੱਲੋਂ ਨੇ ਅਕਤੂਬਰ 2019 ਦੇ ਵਿੱਚ ਮਿਊਜ਼ਿਕ ਡਾਇਰੈਕਟਰ ਗੁਰ ਸਿੱਧੂ ਨਾਲ ਰਲ ਕੇ ਆਪਣਾ ਪਹਿਲਾ ਸੌਂਗ ਪਿਆਰ ਬੋਲਦਾ ਰਿਲੀਜ਼ ਕੀਤਾ। ਜੱਸਾ ਢਿੱਲੋਂ ਦੇ ਇਸ ਗਾਣੇ ਨੂੰ ਲੋਕਾਂ ਵੱਲੋਂ ਇੰਨਾ ਭਰਵਾਂ ਹੁੰਗਾਰਾ ਮਿਲਿਆ ਕਿ ਦਸੰਬਰ 2019 ਵਿੱਚ ਜੱਸਾ ਢਿੱਲੋਂ ਨੇ ਬ੍ਰਾਊਨ ਟਾਊਨ ਮਿਊਜ਼ਿਕ ਲੇਬਲ ਹੇਠਾਂ ਆਪਣਾ ਦੂਜਾ ਗਾਣਾ ਝਾਂਜਰ ਵੀ ਰਿਲੀਜ਼ ਕੀਤਾ। ਉਸ ਤੋਂ ਬਾਅਦ ਤੇ ਜੱਸੇ ਨੇ ਬੈਕ ਟੂ ਬੈਕ 2 ਹਿੱਟ ਡੁਇਟ ਸੌਂਗ ਗੁਰਲੇਜ਼ ਅਖਤਰ ਨਾਲ ਕੀਤੇ, ਰੌਲਾ ਤੇ ਤੇਰੇ ਅੱਗੇ ਬੋਲਦਾ ਹੀ ਨਹੀਂ। ਇਹ ਦੋ ਗਾਣੇ ਜੱਸਾ ਢਿੱਲੋਂ ਦੀ ਲਾਈਫ ਵਿੱਚ ਇੱਕ ਵੱਡਾ ਟਰਨਿੰਗ ਪੁਆਇੰਟ ਸਾਬਿਤ ਹੋਏ। ਸਾਲ 2021 ਦੀ ਸ਼ੁਰੂਆਤ ਤੋਂ ਹੀ ਜੱਸਾ ਢਿੱਲੋਂ ਦੀ ਵਾਹ ਵਾਹ ਚੜ੍ਹਾਈ ਹੋਈ ਪਈ ਹੈ। ਸਾਲ 2021 ਤੋਂ ਜੱਸਾ ਢਿੱਲੋਂ ਨੇ ਆਪਣੇ ਨਾਮ ਕੀਤਾ ਹੀ ਹੋਇਆ ਹੈ। ਜੱਸਾ ਢਿੱਲੋਂ ਦੇ ਰੌਲੇ ਗਾਣੇ ਨੇ 90 ਮਿਲੀਅਨ ਵਿਊਜ਼ ਕ੍ਰੋਸ ਕਰ ਲਏ ਨੇ ਤੇ 3 ਹਫ਼ਤੇ ਪਹਿਲਾਂ ਰਿਲੀਜ਼ ਹੋਏ ਜੱਸਾ ਢਿੱਲੋਂ ਦੇ ਸੌਂਗ ਟਲ ਜਾ ਨੇ 60 ਮਿਲੀਅਨ ਵਿਊਜ਼ ਕ੍ਰੋਸ ਕਰ ਲਏ ਨੇ। ਜੱਸਾ ਢਿੱਲੋਂ ਦੇ ਸੌਂਗਸ ਦਾ ਸੁਪਰ ਡੁਪਰ ਹਿੱਟ ਹੋਣ ਦਾ ਸਭ ਤੋਂ ਵੱਡਾ ਰਾਜ਼ ਹੈ ਜੀ, ਜੱਸਾ ਆਪਣੇ ਸਾਰੇ ਸੌਂਗਸ ਆਪ ਹੀ ਲਿਖਦੇ ਹਨ ਤੇ ਕੰਪੋਜ਼ ਵੀ ਆਪ ਹੀ ਕਰਦੇ ਹਨ। ਜੱਸਾ ਢਿੱਲੋਂ ਦਾ ਫੇਵਰੇਟ ਗਾਇਕੀ ਦਾ ਸਟਾਈਲ ਭੰਗੜਾ ਤੇ ਹਿਪ ਹੌਪ ਹੈ। ਜੱਸਾ ਢਿੱਲੋਂ ਬੈਕ ਟੂ ਬੈਕ ਹਿੱਟ ਗਾਣੇ ਆਪਣੇ ਫੈਨਸ ਨੂੰ ਦੇ ਰਹੇ ਹਨ। ਜੱਸਾ ਢਿੱਲੋਂ ਨੇ ਭਲਵਾਨੀ ਗੇੜੀ, ਤਿੱਖੇ ਨੈਣ, ਰੌਲੇ, ਅਬਵ ਆਲ, ਟਲ ਜਾ ਗੀਤ ਫੈਨਸ ਦੇ ਫੇਵਰੇਟ ਵੀ ਹਨ। ਜੇ ਹੁਣ ਗੱਲ ਕਰੀਏ ਜੱਸਾ ਢਿੱਲੋਂ ਦੇ ਲਵ ਲਾਈਫ ਦੀ ਤੇ ਫਿਲਹਾਲ ਕੁੜੀਆਂ ਲਈ ਇੱਕ ਹੈ ਵੱਡੀ ਖੁਸ਼ਖਬਰੀ। ਜੱਸਾ ਢਿੱਲੋਂ ਦਾ ਰਿਲੇਸ਼ਨਸ਼ਿਪ ਸਟੇਟਸ ਹਲੇ ਸਿੰਗਲ ਹੀ ਹੈ ਤੇ ਬਹੁਤ ਸਾਰੀ ਕੁੜੀਆਂ ਨੂੰ ਜੱਸਾ ਢਿੱਲੋਂ ਤੇ ਕ੍ਰਸ਼ ਵੀ ਹੈ। ਉਮੀਦ ਹੈ ਕਿ ਇਸੇ ਤਰ੍ਹਾਂ ਹੀ ਜੱਸਾ ਢਿੱਲੋਂ ਦੇ ਫੈਨਸ ਜੱਸਾ ਢਿੱਲੋਂ ਨੂੰ ਸਪੋਰਟ ਕਰਦੇ ਰਹਿਣਗੇ ਤੇ ਅਸੀਂ ਉਮੀਦ ਕਰਦੇ ਹਾਂ ਕਿ ਤੁਹਾਨੂੰ ਸਾਰਿਆਂ ਨੂੰ ਅੱਜ ਦੀ ਇਹ ਵੀਡੀਓ ਬਹੁਤ ਜ਼ਿਆਦਾ ਪਸੰਦ ਆਈ ਹੋਏਗੀ ਤੇ ਵੀਡੀਓ ਨੂੰ ਲਾਈਕ ਕਰਨਾ, ਸਾਡੇ ਚੈਨਲ ਨੂੰ ਸਬਸਕ੍ਰਾਈਬ ਕਰਨਾ ਤੇ ਆਪਣੇ ਵੈਲਿਊਬਲ ਕਮੈਂਟ ਦੇਣਾ ਨਾ ਭੁੱਲਿਓ ਤੇ ਜਲਦੀ ਮੁੜ ਕੇ ਫਿਰ ਤੋਂ ਤੁਹਾਡੇ ਨਾਲ ਮੁਲਾਕਾਤ ਹੋਏਗੀ ਇੱਕ ਨਵੇਂ ਹੀ ਕਲਾਕਾਰ ਦੀ ਜ਼ਿੰਦਗੀ ਦੇ ਨਾਲ ਜੁੜੀਆਂ ਖਾਸ ਗੱਲਾਂ ਲੈ ਕੇ। ਮੈਂ ਗਾਇਨ ਤੁਹਾਡੇ ਸਾਰੇ ਦੇ ਰੂਬਰੂ ਆਵਾਂਗੀ ਤੇ ਅੱਜ ਲਈ ਇੰਨਾ ਹੀ। ਉਮੀਦ ਕਰਦੇ ਹਾਂ ਤੁਸੀਂ ਸਾਰੇ ਸਹੀ ਸਲਾਮਤ ਆਪਣੇ ਆਪਣੇ ਘਰਾਂ ਦੇ ਵਿੱਚ ਹੋਵੋਗੇ। ਰੱਬ ਰੱਖਾ ਮਿੱਤਰੋ।